ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਇਸ ਵਾਰੀ ਚਾਰ ਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਸਾਬਕਾ MP ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਹਮ ਸਾਥੀ ਰਹੇ ਆਮ ਆਦਮੀ ਪਾਰਟੀ ਦੇ ਪਹਿਲੇ MP ਸੀਗੇ ਧਰਮਵੀਰ ਗਾਂਧੀ, ਉਹ ਕਾਂਗਰਸ ਜੁਆਇਨ ਕਰ ਗਏ ਤਾਂ ਕਾਂਗਰਸ ਨੇ ਉਹਨੂੰ ਆਪਣੇ ਉਮੀਦਵਾਰ ਬਣਾਇਆ, ਅਤੇ ਉੱਧਰੋਂ NK ਸ਼ਰਮਾ ਜੋ ਜ਼ੀਰਕਪੁਰ ਤੋਂ ਵਿਧਾਇਕ ਸੀਗੇ ਉਹਨਾਂ ਨੂੰ ਉਮੀਦਵਾਰ ਬਣਾਇਆ, ਤਾਂ ਕਿੱਦਾਂ ਦੇਖਦੇ ਹੋ ਕਿਹੜੇ ਉਮੀਦਵਾਰ ਨੂੰ ਟੱਕਰ ਦੇਣ ਦੀ ਤਿਆਰੀ 'ਚ? ਤੁਸੀਂ ਮੀਡੀਆ 'ਚੋਂ ਪ੍ਰਨੀਤ ਕੌਰ ਜੀ ਪਿੰਡਾਂ 'ਚ ਜਾਂਦੇ ਆ, ਲੋਕ ਵੜਨ ਨਹੀਂ ਦੇ ਰਹੇ ਧਰਮਵੀਰ ਗਾਂਧੀ ਨੂੰ, ਲੋਕ ਕਾਂਗਰਸ ਨਹੀਂ ਵੜਨ ਦੇ ਰਹੇ, ਬਾਹਰ ਬੈਠੇ ਹੋਏ ਆ। NK ਸ਼ਰਮਾ ਨੂੰ ਲੋਕ ਡੇਰਾ ਬੱਸੀ 'ਚ ਨਹੀਂ ਵੜਨ ਦੇ ਰਹੇ, ਸੋ ਕੋਈ ਮੁਕਾਬਲਾ ਨਹੀਂ ਹੈ। ਲੋਕ ਕਹਿ ਰਹੇ ਆ ਜੀ ਕਿਉਂ ਪੜੇ ਹੋ ਚੱਕਰ ਮੇ, ਕੋਈ ਨਹੀਂ ਹੈ ਟੱਕਰ ਮੇ। ਆਮ ਆਦਮੀ ਪਾਰਟੀ ਦਾ ਕੰਮ ਬੋਲਦਾ, ਮਾਨ ਸਰਕਾਰ ਦਾ ਕੰਮ ਬੋਲਦਾ, ਮੱਲਾ ਕਲੀਨਿਕ ਬਣਾਤੇ, ਬਿਜਲੀ ਫਰੀ ਦੇ ਦਿੱਤੀ, ਟੇਲਾਂ ਤੱਕ ਪਾਣੀ ਪਹੁੰਚਾ ਤਾ, ਟੋਲ ਪਲਾਜ਼ਾ ਬੰਦ ਕਰਤੇ, ਰਾਸ਼ਨ ਬਾਕੀ ਸਾਰੀਆਂ ਸਹੂਲਤਾਂ ਲੋਕਾਂ ਦੇ ਘਰਾਂ 'ਚ ਪਹੁੰਚ ਰਹੀਆਂ। ਸੋ ਇਸ ਕਰਕੇ ਕੋਈ ਮੁਕਾਬਲਾ ਨਹੀਂ ਹੈ ਜੀ। ਜਿੰਨੀਆਂ ਆਮ ਆਦਮੀ ਪਾਰਟੀ ਨੂੰ ਇਕੱਲੇ ਨੂੰ ਵੋਟਾਂ ਪੈਣਗੀਆਂ, ਉਨੀਆਂ ਕੰਬਾਈਨ ਕਰਕੇ ਤਿੰਨਾਂ ਨੂੰ ਨਹੀਂ ਪੈਣਗੀਆਂ। ਡਾਕਟਰ ਸਾਹਿਬ ਨਾਲ, ਡਾਕਟਰ ਸਾਹਿਬ ਇੱਕ ਲਾਸਟ ਸਵਾਲ, ਜੇ ਤੁਸੀਂ ਲੋਕਾਂ ਤੱਕ ਪਹੁੰਚ ਕਰ ਰਹੇ ਹੋ, ਹਾਲਾਂਕਿ ਤੁਸੀਂ ਮੰਤਰੀ ਰਹੇ ਹੋ ਤਾਂ ਹੁਣ MP ਦੇ ਵਾਸਤੇ ਜਾ ਰਹੇ ਹੋ ਵੋਟਾਂ ਵਾਸਤੇ, ਤਾਂ ਮੁੱਦੇ ਕੀ ਨੇ ਲੋਕਾਂ ਦੇ, ਕੀ ਮੁੱਦੇ ਹੋਰ ਜਿਹੜੇ ਅੱਗੇ ਕਿਤੇ ਜਾਣਗੇ? ਇਹ ਸੈਂਟਰ ਦੀ ਇਲੈਕਸ਼ਨ ਹੈ ਜੀ, ਇਹਦੇ ਵਿੱਚ ਮਹਿੰਗਾਈ ਬਹੁਤ ਵੱਡਾ ਮੁੱਦਾ, ਬੇਰੁਜ਼ਗਾਰੀ ਮੁੱਦਾ, ਇਹਦੇ ਵਿੱਚ ਭ੍ਰਿਸ਼ਟਾਚਾਰ ਮੁੱਦਾ ਜੋ BJP ਨੇ ਇਲੈਕਸ਼ਨ ਬੌਂਡ ਦਾ ਤੁਹਾਡੇ ਸਾਹਮਣੇ ਆਇਆ, ਉਹ ਬਹੁਤ ਵੱਡਾ ਮੁੱਦਾ। ਕਿਸਾਨਾਂ 'ਤੇ ਅੱਤਿਆਚਾਰ ਹੋਇਆ, ਕੁੜੀਆਂ 'ਤੇ ਦਿੱਲੀ ਦੇ ਵਿੱਚ ਅੱਤਿਆਚਾਰ ਹੋਇਆ, ਜਿਹੜੇ ਕਿਸਾਨਾਂ 'ਤੇ ਟਰੈਕਟਰ ਚੜ੍ਹਾਏ ਸੀ ਉਹਨਾਂ 'ਤੇ ਐਕਸ਼ਨ ਨਹੀਂ ਹੋਇਆ, ਜਿਹੜੇ ਟੈਨੀ ਮਿਸ਼ਰਾ ਸੀਗੇ। ਸੋ ਇਹ ਬਹੁਤ ਸਾਰੇ ਮੁੱਦੇ ਆ ਜੀ। ਪੰਜਾਬ ਦਾ ਪੈਸਾ ਰੋਕਿਆ ਹੋਇਆ, ਬਹੁਤ ਵੱਡਾ ਮੁੱਦਾ, ਇਮਾਨਦਾਰ ਲੀਡਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ, ਇਹ ਮੁੱਦਾ ਹੈ। ਸੋ ਇਹ ਨੈਸ਼ਨਲ ਲੈਵਲ ਦੇ ਮੁੱਦੇ ਆ ਜੀ, ਇਹਦੇ ਵਾਸਤੇ ਅਸੀਂ ਉੱਥੇ ਜਾ ਰਹੇ ਹਾਂ ਔਰ ਇਹਨਾਂ ਦੀ ਇੰਟਰਨੈਟ ਖੜਕਾ ਦਾਂਗੇ। 13-0 ਦਾ ਮਿਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ, ਅਤੇ ਅੱਜ ਕੁਛ ਨਾ ਕੁਛ ਮੂਲ ਮੰਤਰ ਦੇ ਉਹ ਟਿਪਸ ਦਿੰਦੇ ਨਜ਼ਰ ਆਉਣਗੇ, ਕਿਉਂਕਿ 13 ਦੇ 13 ਉਮੀਦਵਾਰ ਇੱਥੇ ਅੱਜ ਮੌਜੂਦ ਹੈ ਅਤੇ ਰਸਮੀ ਤੌਰ 'ਤੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾਣੀ ਹੈ, ਪਰ ਤੁਹਾਡੇ ਵੱਲੋਂ ਪ੍ਰਚਾਰ ਪਹਿਲੇ ਹੀ ਕੀਤਾ ਗਿਆ? ਅਸੀਂ ਦੇਖੋ, ਪੰਜਾਬ ਦੇ ਵਿੱਚ ਤਾਂ 13-0 ਕਰਾਂਗੇ, ਬਟ ਨੌਰਥਨ ਇੰਡੀਆ, ਚਾਹੇ ਹਰਿਆਣਾ ਹੈਗਾ, ਚਾਹੇ ਜਿਹੜਾ ਤੁਹਾਡਾ ਦਿੱਲੀ ਹੈ ਜਾਂ ਹਿਮਾਚਲ ਹੈ ਜਾਂ ਚੰਡੀਗੜ੍ਹ ਹੈ, ਇਸ ਵਾਰ BJP ਸਾਫ਼, BJP ਸਾਫ਼, ਇਹ ਕਹਿਣਾ ਹੈ ਡਾਕਟਰ ਬਲਬੀਰ ਸਿੰਘ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਪਟਿਆਲਾ ਤੋਂ ਕਹਿ ਰਹੇ ਨੇ ਕੋਈ ਕਿਉਂ ਪੜੇ ਹੋ ਚੱਕਰ ਮੇ, ਕੋਈ ਨਹੀਂ ਹੈ ਟੱਕਰ ਮੇ, ਤਾਂ 13-0 ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਡਾਕਟਰ ਬਲਬੀਰ ਸਿੰਘ ਲੱਗੇ ਹੋਏ ਨੇ, ਤਾਂ ਦੇਖਣਾ ਹੋਏਗਾ ਪਟਿਆਲਾ ਦੀ ਜਨਤਾ ਹੁਣ ਕਿਸ ਨੂੰ ਆਪਣਾ ਨੁਮਾਇੰਦਾ ਬਣਾਉਂਦੀ ਹੈ। ਤਾਂ ਵੀਡੀਓ ਜਰਨਲਿਸਟ ਹਰਵਿੰਦਰ ਦੇ ਨਾਲ ਵਿਜੇ ਵੋਰਾ, ਫੈਕਟ ਨਿਊਜ਼, ਜ਼ੀਰਕਪੁਰ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਮੌਜੂਦ ਹੈ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਤਾਂ ਇਸ ਵਾਰੀ ਚਾਰ ਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਸਾਬਕਾ MP ਪ੍ਰਨੀਤ ਕੌਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਹਮ ਸਾਥੀ ਰਹੇ ਆਮ ਆਦਮੀ ਪਾਰਟੀ ਦੇ ਪਹਿਲੇ MP ਸੀਗੇ ਧਰਮਵੀਰ ਗਾਂਧੀ, ਉਹ ਕਾਂਗਰਸ ਜੁਆਇਨ ਕਰ ਗਏ ਤਾਂ ਕਾਂਗਰਸ ਨੇ ਉਹਨੂੰ ਆਪਣੇ ਉਮੀਦਵਾਰ ਬਣਾਇਆ, ਅਤੇ ਉੱਧਰੋਂ NK ਸ਼ਰਮਾ ਜੋ ਜ਼ੀਰਕਪੁਰ ਤੋਂ ਵਿਧਾਇਕ ਸੀਗੇ ਉਹਨਾਂ ਨੂੰ ਉਮੀਦਵਾਰ ਬਣਾਇਆ, ਤਾਂ ਕਿੱਦਾਂ ਦੇਖਦੇ ਹੋ ਕਿਹੜੇ ਉਮੀਦਵਾਰ ਨੂੰ ਟੱਕਰ ਦੇਣ ਦੀ ਤਿਆਰੀ 'ਚ? ਤੁਸੀਂ ਮੀਡੀਆ 'ਚੋਂ ਪ੍ਰਨੀਤ ਕੌਰ ਜੀ ਪਿੰਡਾਂ 'ਚ ਜਾਂਦੇ ਆ, ਲੋਕ ਵੜਨ ਨਹੀਂ ਦੇ ਰਹੇ ਧਰਮਵੀਰ ਗਾਂਧੀ ਨੂੰ, ਲੋਕ ਕਾਂਗਰਸ ਨਹੀਂ ਵੜਨ ਦੇ ਰਹੇ, ਬਾਹਰ ਬੈਠੇ ਹੋਏ ਆ। NK ਸ਼ਰਮਾ ਨੂੰ ਲੋਕ ਡੇਰਾ ਬੱਸੀ 'ਚ ਨਹੀਂ ਵੜਨ ਦੇ ਰਹੇ, ਸੋ ਕੋਈ ਮੁਕਾਬਲਾ ਨਹੀਂ ਹੈ। ਲੋਕ ਕਹਿ ਰਹੇ ਆ ਜੀ ਕਿਉਂ ਪੜੇ ਹੋ ਚੱਕਰ ਮੇ, ਕੋਈ ਨਹੀਂ ਹੈ ਟੱਕਰ ਮੇ। ਆਮ ਆਦਮੀ ਪਾਰਟੀ ਦਾ ਕੰਮ ਬੋਲਦਾ, ਮਾਨ ਸਰਕਾਰ ਦਾ ਕੰਮ ਬੋਲਦਾ, ਮੱਲਾ ਕਲੀਨਿਕ ਬਣਾਤੇ, ਬਿਜਲੀ ਫਰੀ ਦੇ ਦਿੱਤੀ, ਟੇਲਾਂ ਤੱਕ ਪਾਣੀ ਪਹੁੰਚਾ ਤਾ, ਟੋਲ ਪਲਾਜ਼ਾ ਬੰਦ ਕਰਤੇ, ਰਾਸ਼ਨ ਬਾਕੀ ਸਾਰੀਆਂ ਸਹੂਲਤਾਂ ਲੋਕਾਂ ਦੇ ਘਰਾਂ 'ਚ ਪਹੁੰਚ ਰਹੀਆਂ। ਸੋ ਇਸ ਕਰਕੇ ਕੋਈ ਮੁਕਾਬਲਾ ਨਹੀਂ ਹੈ ਜੀ। ਜਿੰਨੀਆਂ ਆਮ ਆਦਮੀ ਪਾਰਟੀ ਨੂੰ ਇਕੱਲੇ ਨੂੰ ਵੋਟਾਂ ਪੈਣਗੀਆਂ, ਉਨੀਆਂ ਕੰਬਾਈਨ ਕਰਕੇ ਤਿੰਨਾਂ ਨੂੰ ਨਹੀਂ ਪੈਣਗੀਆਂ। ਡਾਕਟਰ ਸਾਹਿਬ ਨਾਲ, ਡਾਕਟਰ ਸਾਹਿਬ ਇੱਕ ਲਾਸਟ ਸਵਾਲ, ਜੇ ਤੁਸੀਂ ਲੋਕਾਂ ਤੱਕ ਪਹੁੰਚ ਕਰ ਰਹੇ ਹੋ, ਹਾਲਾਂਕਿ ਤੁਸੀਂ ਮੰਤਰੀ ਰਹੇ ਹੋ ਤਾਂ ਹੁਣ MP ਦੇ ਵਾਸਤੇ ਜਾ ਰਹੇ ਹੋ ਵੋਟਾਂ ਵਾਸਤੇ, ਤਾਂ
ਮੁੱਦੇ ਕੀ ਨੇ ਲੋਕਾਂ ਦੇ, ਕੀ ਮੁੱਦੇ ਹੋਰ ਜਿਹੜੇ ਅੱਗੇ ਕੀਤੇ ਜਾਣਗੇ? ਇਹ ਸੈਂਟਰ ਦੀ ਇਲੈਕਸ਼ਨ ਹੈ ਜੀ, ਇਹਦੇ ਇਹਦੇ ਵਿੱਚ ਮਹਿੰਗਾਈ ਬਹੁਤ ਵੱਡਾ ਮੁੱਦਾ, ਬੇਰੁਜ਼ਗਾਰੀ ਮੁੱਦਾ, ਇਹਦੇ ਵਿੱਚ ਭ੍ਰਿਸ਼ਟਾਚਾਰ ਮੁੱਦਾ ਜੋ ਬੀਜੇਪੀ ਨੇ ਇਲੈਕਸ਼ਨ ਬੌਂਡ ਦਾ ਤੁਹਾਡੇ ਸਾਹਮਣੇ ਆਇਆ, ਬਹੁਤ ਵੱਡਾ ਮੁੱਦਾ। ਕਿਸਾਨਾਂ 'ਤੇ ਅੱਤਿਆਚਾਰ ਹੋਇਆ, ਕੁੜੀਆਂ 'ਤੇ ਦਿੱਲੀ ਦੇ ਵਿੱਚ ਅੱਤਿਆਚਾਰ ਹੋਇਆ, ਜਿਹੜੇ ਕਿਸਾਨਾਂ 'ਤੇ ਟਰੈਕਟਰ ਚੜ੍ਹਾਏ ਸੀ ਉਹਨਾਂ 'ਤੇ ਐਕਸ਼ਨ ਨਹੀਂ ਹੋਇਆ, ਜਿਹੜੇ ਟੈਨੀ ਮਿਸ਼ਰਾ ਸੀਗੇ। ਸੋ ਇਹ ਬਹੁਤ ਸਾਰੇ ਮੁੱਦੇ ਆ ਜੀ, ਪੰਜਾਬ ਦਾ ਪੈਸਾ ਰੋਕਿਆ ਹੋਇਆ, ਬਹੁਤ ਵੱਡਾ ਮੁੱਦਾ, ਇਮਾਨਦਾਰ ਲੀਡਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੋਇਆ, ਇਹ ਮੁੱਦਾ। ਸੋ ਇਹ ਨੈਸ਼ਨਲ ਲੈਵਲ ਦੇ ਮੁੱਦੇ ਆ ਜੀ, ਇਹਦੇ ਵਾਸਤੇ ਅਸੀਂ ਉੱਥੇ ਜਾ ਰਹੇ ਹਾਂ ਔਰ ਇਹਨਾਂ ਦੀ ਇੰਟਰਨੈਟ ਖੜਕਾ ਦਾਂਗੇ। 13-0 ਦਾ ਮਿਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਆ, ਅਤੇ ਅੱਜ ਕੁਛ ਨਾ ਕੁਛ ਮੂਲ ਮੰਤਰ ਦੇ ਉਹ ਟਿਪਸ ਦਿੰਦੇ ਨਜ਼ਰ ਆਉਣਗੇ, ਕਿਉਂਕਿ 13 ਦੇ 13 ਉਮੀਦਵਾਰ ਇੱਥੇ ਅੱਜ ਮੌਜੂਦ ਹੈ ਅਤੇ ਰਸਮੀ ਤੌਰ 'ਤੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾਣੀ ਹੈ, ਪਰ ਤੁਹਾਡੇ ਵੱਲੋਂ ਪ੍ਰਚਾਰ ਪਹਿਲੇ ਕੀਤਾ ਗਿਆ? ਅਸੀਂ ਦੇਖੋ, ਪੰਜਾਬ ਦੇ ਵਿੱਚ ਤਾਂ 13-0 ਕਰਾਂਗੇ, ਬਟ ਨੌਰਥਨ ਇੰਡੀਆ, ਚਾਹੇ ਹਰਿਆਣਾ ਹੈਗਾ, ਚਾਹੇ ਜਿਹੜਾ ਤੁਹਾਡਾ ਦਿੱਲੀ ਹੈ ਜਾਂ ਹਿਮਾਚਲ ਹੈ ਜਾਂ ਚੰਡੀਗੜ੍ਹ ਹੈ, ਇਸ ਵਾਰ ਬੀਜੇਪੀ ਸਾਫ਼। ਬੀਜੇਪੀ ਸਾਫ਼, ਇਹ ਕਹਿਣਾ ਹੈ ਡਾਕਟਰ ਬਲਬੀਰ ਸਿੰਘ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਪਟਿਆਲਾ ਤੋਂ ਕਹਿ ਰਹੇ ਨੇ, ਕੋਈ ਕਿਉਂ ਪੜੇ ਹੋ ਚੱਕਰ ਮੇ, ਕੋਈ ਨਹੀਂ ਹੈ ਟੱਕਰ ਮੇ, ਤਾਂ 13-0 ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਡਾਕਟਰ ਬਲਬੀਰ ਸਿੰਘ ਲੱਗੇ ਹੋਏ ਨੇ, ਤਾਂ ਦੇਖਣਾ ਹੋਏਗਾ ਪਟਿਆਲਾ ਦੀ ਜਨਤਾ ਹੁਣ ਕਿਸ ਨੂੰ ਆਪਣਾ ਨੁਮਾਇੰਦਾ ਬਣਾਉਂਦੀ ਹੈ। ਤਾਂ ਵੀਡੀਓ ਜਰਨਲਿਸਟ ਹਰਵਿੰਦਰ ਦੇ ਨਾਲ ਵਿਜੇ ਵੋਰਾ, ਫੈਕਟ ਨਿਊਜ਼, ਜ਼ੀਰਕਪੁਰ।